ਜੋ ਕਰੇ ਤਦੱਬਰ ਕਰੇ ਦਰੂਦ ਸ਼ਰੀਫ ਪੜੇ। ਬੀਬੀ ਉਮੇ ਸੁਲੈਮ ਕਪਾਸ ਲੇਕਰ ਹਜ਼ੂਰ ਕਾ ਪਸੀਨਾ ਪੂੰਛ ਰਹੀ ਹੈ, ਕਪਾਸ ਸੇ ਕਿ ਨੀਂਦ ਮੇਂ ਵੀ ਫਰਕ ਨਾ ਆਏ, ਔਰ ਐਸਾ ਐਸਾ ਕਪਾਸ ਰੱਖੇ ਫਿਰ ਉਸਕੋ ਸ਼ੀਸ਼ੀ ਮੇਂ ਨਿਚੋੜ ਕੇ ਫਿਰ ਰੱਖਣਾ ਸ਼ੁਰੂ ਕਰ ਦੇ। ਹਜ਼ੂਰ ਕੀ ਆਂਖ ਖੁੱਲ ਗਈ, ਹਜ਼ੂਰ ਨੇ ਫਰਮਾਇਆ ਮਾ ਤਫਾਲੀਨ, ਔਰ ਯਾਦ ਰੱਖੋ ਹਜ਼ੂਰ ਕੀ ਨੀਂਦ ਵੀ ਮੌਜਾ ਹੈ। ਆਪਣੇ ਫਰਮਾਇਆ ਜਬ ਮੈਂ ਸੋਤਾ ਹੂੰ ਮੇਰੀ ਆਂਖੇ ਤੋ ਸੋਤੀ ਹੈ ਮੇਰਾ ਦਿਲ ਨਹੀਂ ਸੋਤਾ, ਇਹ ਵੀ ਮੌਜਾ ਹੈ ਕਿ ਆਂਖੇ ਸੋ ਰਹੀ ਹੈ ਲੇਕਿਨ ਦਿਲ ਅੱਲਾਹ ਕੇ ਸਾਥ ਜੁੜਾ ਹੁਆ ਹੈ, ਵੋ ਨਹੀਂ ਸੋਤਾ। ਆਪਣੇ ਫਰਮਾਇਆ ਨੇ ਮਾ ਤਫਾਲੀਨ ਨੇ ਯਾ ਉਮੇ ਸੁਲੈਮ, ਉਮੇ ਸੁਲੈਮ ਇਹ ਕਿਆ ਕਰ ਰਹੀ ਹੈ? ਉਸਨੇ ਕਿਹਾ ਹਜ਼ੂਰ ਬੜੇ ਲੋਕ ਹੈ, ਉਨਕੇ ਪਾਸ ਤੋ ਪੈਸੇ ਹੈ, ਵਤਨ ਖਰੀਦਤੇ ਹੈ, ਬੱਚੋ ਕੋ ਲਗਾਤੇ ਹੈ ਈਦ ਕੇ ਮੌਕੇ ਪਰ ਔਰ ਖੁਸ਼ੀਓ ਕੇ ਮੌਕੇ, ਹਮ ਗਰੀਬ ਲੋਕ ਕਹਾਂ ਸੇ ਖਰੀਦੇ, ਮੈਂ ਆਪਕੇ ਪਸੀਨੇ ਕੋ ਜਮਾ ਕਰਕੇ ਸ਼ੀਸ਼ੀ ਮੇਂ ਰੱਖ ਲੇਤੀ ਹੂੰ, ਜੁਮਾ ਪੇ ਈਦੈਨ ਪੇ ਖੁਸ਼ੀ ਕੇ ਮੌਕੇ ਪੇ ਬੱਚੋ ਕੋ ਵਹੀ ਲਗਾ ਦੇਤੀ ਹੂੰ, ਲੇਕਿਨ ਵੋ ਅਤਰ ਸਾਰੀ ਅਤਰ ਪੇ ਗਾਲਿਬ ਆ ਜਾਤਾ ਹੈ ਔਰ ਦੁਨੀਆ ਹੈਰਾਨ ਹੋਤੀ ਹੈ ਕਿ ਯੇ ਅਤਰ ਕਹਾਂ ਸੇ ਆਇਆ ਹੈ।